ਆਉਜ਼ੂ ਬਿੱਲਾਹਿ ਮਿਨੈ ਸ਼ੈਤਾਨਿਰ ਰਜੀਮ ਬਿਸਮਿਲਹਿ ਰਹਿਮਾਨਿਰ ਰਹੀਮ ਐ ਹਬੀਬ ਤੁਹਾਨੂੰ ਲੁੱਟਾਂ ਦੇ ਮਾਲ ਦਾ ਹੁਕਮ ਪੁੱਛਦੇ ਨੇ ਤੁਸੀਂ ਆਖੋ ਲੁੱਟਾਂ ਦੇ ਮਾਲ ਅੱਲਾ ਤੇ ਰਸੂਲ ਦੇ ਨੇ ਸੋ ਬਚੋ ਅੱਲਾ ਤੋਂ ਤੇ ਸਾਰੋ ਮੇਲ ਮੁਲਾਕਾਤ ਆਪਣੇ ਵਿੱਚ ਦਾ ਤੇ ਆਖੇ ਲੱਗੋ ਅੱਲਾ ਤੇ ਉਹਦੇ ਰਸੂਲ ਦੇ ਜੇ ਤੁਸੀਂ ਇਮਾਨਦਾਰ ਹੋ ਸੱਚਾ ਇਮਾਨਦਾਰ ਨੇਰੇ ਉਹੋ ਨੇ ਜਿਹੜੇ ਜਦ ਨਾਮ ਆਵੇ ਅੱਲਾ ਦਾ ਲਰਜ ਜਾਨ ਦਿਲ ਉਹਨਾਂ ਦੇ ਤੇ ਜਦ ਪੜਿਓ ਉਹਨਾਂ ਅਗੇ ਆਇਤਾ ਉਹਦੀਆਂ ਵਧਾਉਣ ਉਹਨਾਂ ਦਾ ਈਮਾਨ ਤੇ ਆਪਣੇ ਰੱਬ ਉਤੇ ਹੀ ਭਰੋਸਾ ਕਰਦੇ ਨੇ ਜਿਹੜੇ ਦਰੁਸਤ ਪੜਦੇ ਨੇ ਨਮਾਜ਼ ਤੇ ਉਸ ਚੀਜ਼ ਵਿੱਚੋਂ ਜੋ ਦਿੱਤਾ ਹੈ ਅਸਾਂ ਉਹਨਾਂ ਨੂੰ ਖਰਚਦੇ ਨੇ ਉਹੋ ਹੀ ਨੇ ਇਮਾਨਦਾਰ ਸੱਚੇ ਉਹਨਾਂ ਲਈ ਦਰਜੇ ਨੇ ਉਹਨਾਂ ਦੇ ਰੱਬ ਕੋਲ ਤੇ ਬਖਸ਼ਿਸ਼ ਤੇ ਰੋਜੀ ਇੱਜ਼ਤ ਦੇ ਜਿਉ ਕੱਢ ਲਿਆ ਸੀ ਤੈਨੂੰ ਤੇਰੇ ਰੱਬ ਨੇ ਤੇਰੇ ਘਰੋਂ ਠੀਕ ਤਰ੍ਹਾਂ ਨਾਲ ਤੇ ਇੱਕ ਗਰਹ ਈਮਾਨਦਾਰਾਂ ਵਿੱਚੋਂ ਜ਼ਰੂਰੀ ਨਰਾਜ਼ਸਣ ਝਗੜਦੇ ਸੰ ਤੇਰੇ ਨਾਲ ਸੱਚੀ ਗੱਲ ਵਿੱਚ ਪਿੱਛੇ ਇਸ ਦੇ ਜੋ ਜ਼ਾਹਿਰ ਹੋ ਚੁੱਕੀ ਸੀ ਜਿਉ ਉਹ ਹੱਕੇ ਜਾਂਦੇ ਨੇ ਮੌਤ ਵੱਲ ਤੇ ਉਹ ਅੱਖੀਂ ਵੇਖਦੇ ਨੇ ਤੇ ਜਦ ਵਾਦਾ ਦਿੰਦਾ ਹੈ ਤੁਹਾਨੂੰ ਅੱਲਾ ਇੱਕ ਦਾ ਦੋਵਾਂ ਟੋਲਿਆਂ ਵਿੱਚੋਂ ਭਈ ਉਹ ਤੁਹਾਡੇ ਹੱਥ ਲੱਗੇਗਾ ਤੇ ਤੁਸੀਂ ਚਾਹਦੇ ਹੋ ਜੋ ਸਵਾ ਟੋਲੇ ਜੰਗੀ ਦੇ ਯਾਨੀ ਕਮਜ਼ੋਰ ਟੋਲਾ ਮਿਲ ਜਾਏ ਤੁਹਾਨੂੰ ਪਰ ਅੱਲਾਹ ਚਾਹਦਾ ਹੈ ਜੋ ਸੱਚਾ ਕਰੇ ਸੱਚ ਨੂੰ ਆਪਣੀਆਂ ਗੱਲਾਂ ਨਾ ਦੇ ਤੇ ਵੱਡ ਦੇ ਜੜ ਬੇਈਮਾਨਾਂ ਦੀ ਤਾਂ ਸੱਚਾ ਕਰੇ ਸੱਚ ਨੂੰ ਤੇ ਝੂਠਾ ਕਰੇ ਝੂਠ ਨੂੰ ਭਾਵੇਂ ਜੇ ਕਰੇ ਬੁਰਾ ਜਾਣਨ ਗੁਨਾਹਗਾਰ ਤੇ ਉਹ ਮੌਕਾ ਜਦ ਤੁਸੀਂ ਫਰਿਆਦ ਕਰਦੇ ਸੌ ਆਪਣੇ ਰੱਬ ਅੱਗੇ پھر قبول کیتی ہو سو فریاد تو ہڈی جے میں ضرور تو ہڈی مدد کروان گا ہزار اتو ڈٹی آن دیا فرشتیا نال تے نہیں کیتی ہے گال اللہ نے پر خوشخبری نالے تان جو تسلی پکڑنے اس نال دل تو آڈے تے نہیں مدد پر اللہ کولو اللہ ضرور زوراور ہے حکمت والا تے جد ਕੱਜਦਾ ਸੀ ਤੁਹਾਨੂੰ ਊਂਗ ਨਾਲ ਵਾਸਤੇ ਅਮਨ ਦੇ ਆਪਣੇ ਵੱਲੋਂ ਤੇ ਉਤਾਰਦਾ ਸੀ ਤੁਸੀਂ ਉੱਤੇ ਅਸਮਾਨੋਂ ਪਾਣੀ ਤਾਂ ਪਾਪ ਕਰੇ ਤੁਹਾਨੂੰ ਉਸ ਨਾਲ ਤੇ ਦੂਰ ਕਰੇ ਤੁਸੀਂ ਧੁੱਪ ਦਿੱਤੀ ਸ਼ੈਤਾਨ ਦੀ ਨਾਲੇ ਤਾਂ ਜੋ ਗੰਡੇ ਤੁਹਾਡੇ ਦਿਲਾਂ ਉੱਤੇ ਹਿੰਮਤ ਤੇ ਮਜ਼ਬੂਤ ਕਰੇ ਉਸ ਨਾਲ ਪੈਰ ਤੁਹਾਡੇ ਜਦ ਹੁਕਮ ਪੇਜਦਾ ਹੈ ਰੱਬ ਤੁਹਾਡਾ ਫਰਿਸ਼ਤਿਆਂ ਵੱਲ ਭਾਈ ਮੈਂ ਜ਼ਰੂਰ ਨਾਲਾਂ ਤੁਹਾਡੇ ਸੋ ਪੱਕੀਆਂ ਕਰੋ ਇਮਾਨਦਾਰਾਂ ਨੂੰ ਮੈਂ ਪਾ ਜਾਗਾ ਬੇਈਮਾਨਾਂ ਦੇ ਦਿਲਾਂ ਵਿੱਚ دہشت ਸੋ ਮਾਰੋ ਜ਼ਰਬ ਉਹਨਾਂ ਦੀਆਂ ਗਰਦਨਾ ਉੱਤੇ ਤੇ ਮਾਰੋ ਚੋਟ ਉਹਨਾਂ ਦੇ ਜੋੜ-ਜੋੜ ਉੱਤੇ ਇਹ ਹੀ ਇਸ ਸਬਬੋਂ ਜੋ ਉਹਨਾਂ ਨੇ ਉਲਟ ਕੀਤਾ ਅੱਲਾਹ ਤੇ ਉਹਦੇ ਪੈਗੰਬਰ ਦਾ ਤੇ ਜਿਹੜਾ ਉਲਟ ਕਰੇ ਅੱਲਾਹ ਤੇ ਉਹਦੇ ਪੈਗੰਬਰ ਦਾ ਤਾਂ ਅੱਲਾਹ ਦੀ ਮਾਰ ਜ਼ਰੂਰ ਸਖਤ ਹੈ ਇਹ ਜੇ ਮਾਰ ਹੋਣ ਇਹਦਾ ਸਵਾਦ ਲਓ ਤੇ ਬੇਈਮਾਨਾਂ ਨੂੰ ਜ਼ਰੂਰ ਅਗ ਦੀ ਮਾਰ ਐ ਐ ਇਮਾਨਦਾਰੋ ਜਦ ਤੁਸੀਂ ਭੇੜੋ ਬੇਈਮਾਨਾਂ ਨਾਲ ਇਕੱਠੇ ਹੋ ਕੇ ਤਦ ਨਾ ਮੋੜੋ ਉਹਨਾਂ ਵੱਲ ਮਗਰ ਤੇ ਜਿਹੜਾ ਮੋੜੇਗਾ ਉਹਨਾਂ ਵੱਲ ਉਸ ਦਿਨ ਮਗਰ ਆਪਣਾ ਪਰਚਾਲ ਕਰਨ ਵਾਸਤੇ ਲੜਾਈ ਦੀ ਜਾਂ ਆਪਣੀ ਫੌਜ ਨਾਲ ਮਿਲਣ ਲਈ ਤਾਂ ਉਹ ਲੈ ਮੁੜਿਆ ਕਹਿ ਰੱਬ ਅੱਲਾ ਦਾ ਤੇ ਠਿਕਾਣਾ ਉਹਦਾ ਦੋਦਖੇ ਤੇ ਕਈ ਬੁਰੀ ਜਗ੍ਹਾਏ ਫਿਰ ਜਾਣੇ ਦੀ ਸੋ ਤੁਸੀਂ ਨਹੀਂ ਕਤਲ ਕੀਤਾ ਉਹਨਾਂ ਨੂੰ پر اللہ نے ماریا اونا نو کہ تو نہیں کٹا سوٹیا جد سوٹے ہوئی پر اللہ نے سوٹیا نالے تاں جو انام دے ایمان دارا نو اپنے بلوں انام سونا اللہ ضرور سندا جاندا ہے سچ اے جے کہ اللہ ضرور سست کردا ہے چال بھئی مانا دی اے نا کافرہ نو کہہ دیو جے فیصلہ منگ دے سو تاں پہنچ چکا ہے توانو فیصلہ ਤੇ ਜੇ ਬਾਜ਼ ਆ ਜਾਓ ਤਾਂ ਉਹ ਚੰਗਾ ਤੁਸਾਂ ਲਈ ਤੇ ਜੇ ਮੁੜ ਕੇ ਕਰੋਗੇ ਤਾਂ ਅਸੀਂ ਵੀ ਮੁੜ ਕੇ ਕਰਾਂਗੇ ਤੇ ਜਥਾ ਤੁਹਾਡਾ ਕੁਝ ਵੀ ਤੁਹਾਡੇ ਕੰਮ ਨਹੀਂ ਆਵੇਗਾ ਭਾਵੇਂ ਕਿੰਨਾ ਹੀ ਬੋਤਾ ਹੋਵੇ ਤੇ ਇਸ ਵਾਸਤੇ ਜੇ ਅੱਲਾ ਜ਼ਰੂਰ ਨਾਲ ਹੈ ਈਮਾਨਦਾਰਾਂ ਦੇ ਐ ਈਮਾਨ ਵਾਲਿਓ ਆਖੇ ਲਗੋ ਅੱਲਾ ਤੇ ਉਹਦੇ ਪੈਗੰਬਰ ਦੇ ਤੇ ਫੇਰ ਨਾ ਜਾਓ ਉਸ ਤੋਂ ਤੁਸੀਂ ਹੁਕਮ ਸੁਣਨ ਦੇ ਬਾਅਦ ਤੇ ਨਾ ਹੋਵੋ ਉਹਨਾਂ ਵਾਂਗੂ ਜਿੰਨਾ ਆਖਿਆ ਸਾਂ ਸੁਣਿਆ ਏ ਤੇ ਉਹ ਨਹੀਂ ਸੁਣਦੇ ਜ਼ਰੂਰ ਬਧੇਰੇ ਬੁਰੇ ਸਭ ਜਾਨਦਾਰਾਂ ਨਾਲੋਂ ਨਜ਼ਦੀਕ ਅੱਲਾਹ ਦੇ ਉਹ ਬੋਲੇ ਗੂੰਗੇ ਨੇ ਜੋ ਅਕਲ ਨਹੀਂ ਕਰਦੇ ਤੇ ਜੇ ਕਦੇ ਜਾਣਦਾ ਅੱਲਾ ਉਹਨਾਂ ਵਿੱਚ ਕੁਝ ਭਲਾਈ ਤਾਂ ਸੁਣਨ ਦੀ ਤੋਫੀਕ ਦਿੰਦਾ ਉਹਨਾਂ ਨੂੰ ਤੇ ਜੇ ਭਲਾਈ ਦੇ ਬਿਗੈਰ ਸੁਣਾ ਦਿੰਦਾ ਉਹਨਾਂ ਨੂੰ ਤਾਂ ਫਿਰ ਜਾਂਦੇ ਤੇ ਉਹ ਫਿਰ ਤੂਨੇ ਐ ਇਮਾਨਦਾਰੋ ਹੁਕਮ ਮੰਨੋ ਅੱਲਾ ਦਾ ਤੇ ਪੈਗੰਬਰ ਦਾ ਜਦ ਸੱਦੇ ਤੁਹਾਨੂੰ ਉਸ ਕੰਮ ਵੱਲ ਜੋ ਜਵਾਏ ਤੁਹਾਨੂੰ ਤੇ ਇਹ ਜਾਣ ਰੱਖੋ ਭਾਈ ਅੱਲਾ ਜ਼ਰੂਰ ਪਰਦਾ ਹੁੰਦਾ ਜਾਂਦਾ ਹੈ ਵਿਚਕਾਰ ਆਦਮੀ ਤੇ ਉਹਦੇ ਦਿਲ ਦੇ ਤੇ ਇਹ ਜੋ ਜ਼ਰੂਰ ਉਸੇ ਵੱਲ ਇਕੱਠਿਆ ਹੋਣਾ ਜੇ ਤੇ ਬਚੋ ਉਸਾਬੋਂ ਜੋ ਨਾ ਪਹੁੰਚੇਗਾ ਨਿਰਾਜ਼ ਆਲਮਾਨੂ ਤੁਸਾਂ ਵਿੱਚੋਂ ਚੁਣ ਕੇ ਤੇ ਜਾਣ ਰੱਖੋ ਜੋ ਅੱਲਾ ਦੀ ਮਾਰ ਜ਼ਰੂਰ ਸਖਤ ਹੈ ਤੇ ਯਾਦ ਕਰੋ ਜਦ ਤੁਸੀਂ ਥੋੜੇ ਸਾਹ ਕਮਜ਼ੋਰ ਜਾਂ ਆਪ ਦੇ ਸਹੂਲਤ ਵਿੱਚ ਡਰਦੇ ਸਹੂਜ ਚੁਟਾ ਮਾਰ ਲੈਣਗੇ ਤੁਹਾਨੂੰ ਲੋਕ ਫੇਠਾਂ ਜਿੱਤੋਂ ਸੁ ਤੁਹਾਨੂੰ ਤੇ ਜ਼ੋਰ ਦਿੱਤੋਂ ਸੁ ਤੁਹਾਨੂੰ ਆਪਣੀ ਮਦਦ ਨਾਲ ਤੇ ਰੋਜ਼ੀ ਦਿੱਤੀਓ ਸੁ ਤੁਹਾਨੂੰ ਆਪਕ ਚੀਜ਼ਾਂ ਥੀ ਤਾਂ ਤੁਸੀਂ ਇਸ਼ਾਨ ਮੰਨੋ ਐ ਇਮਾਨਦਾਰ ਹੋ ਨਾ ਖਿਆਨਤ ਕਰੋ ਅੱਲਾ ਤੇ ਪੈਗੰਬਰ ਦੀ ਤੇ ਖਿਆਨਤ ਨਾ ਕਰੋ ਆਪਣੀਆਂ ਇਮਾਨਤਾਂ ਦੀ ਜਾਣਦੇ ਬੁੱਝਦੇ ਤੇ ਇਹ ਜਾਣ ਰੱਖੋ ਜੇ ਤੁਹਾਡੇ ਮਾਲ ਤੇ ਤੁਹਾਡੀ ਔਲਾਦ ਜ਼ਰੂਰ ਖਰਾਬ ਕਰ ਦੇਣੇ ਤੇ ਇਹ ਜੋ ਅੱਲਾ ਕੋਲ ਜ਼ਰੂਰ ਸਵਾਦ ਹੈ ਬੜਾ ਐ ਇਮਾਨਦਾਰੋ ਜੇ ਬਚੋਗੇ ਅੱਲਾ ਤੋਂ ਕਰ ਦੇਗਾ ਤੁਹਾਨੂੰ ਫੈਸਲਾ ਤੇ ਉਤਾਰੇਗਾ ਤੁਸਾਂ ਤੋਂ ਗੁਨਾਹ ਤੁਹਾਡੇ ਤੇ ਬਖਸ਼ੇਗਾ ਤੁਹਾਨੂੰ ਤੇ ਅੱਲਾ ਬੜੇ ਫਜ਼ਲ ਵਾਲਾ ਹੈ ਤੇ ਜਦ ਦਾ ਲਾਂਦੇ ਸਨ ਤੈਨੂੰ ਬੇਈਮਾਨ ਤਾਂ ਕੈਦ ਕਰ ਦੇਣ ਤੈਨੂੰ ਜਾਂ ਖੂਨ ਕਰਨ ਤੇਰਾ ਜਾਂ ਕੱਢ ਦੇਣ ਤੈਨੂੰ ਵਤਨੋਂ ਤੇ ਦਾ ਲਾਂਦੇ ਸਨ ਉਹ ਤੇ ਦਾ ਲਾਂਦਾ ਸੀ ਅੱਲਾ ਅੱਲਾ ਚੰਗਾ ਇਹ ਸਭ ਦਾ ਲਾਣ ਵਾਲਿਆਂ ਤੋਂ ਤੇ ਜਦ ਪੜੀਆਂ ਜਾਣ ਉਹਨਾਂ ਗਿਆ ਤਾਂ ਸਾਡੀਆਂ ਆਖਦੇ ਨੇ ਅਸੀਂ ਸੁਣ ਚੁੱਕੇ ਹਾਂ ਜੇ ਕਦੇ ਅਸੀਂ ਚਾਹੀਏ ਤਾਂ ਬਣਾ ਲਈਏ ਇਹੋ ਜੀਆਂ ਹੋਰ ਕੁਝ ਨਹੀਂ ਇਹ ਪਰ ਕਹਾਣੀਆਂ ਨੇ ਪੈਦਿਆਂ ਦੀਆਂ ਤੇ ਜਦ ਆਖਿਓ ਨੇ ਅੱਲਾ ਜੇ ਇਹੋ ਕੁਰਾਨ ਸੱਚੇ ਤੇਰੇ ਕੋਲੋਂ ਤਾਂ ਬੜਾ ਸਾਡੇ ਉੱਤੇ ਪੱਥਰ ਅਸਮਾਨੋਂ ਜਾਂ ਲਿਆ ਸਾਡੇ ਉੱਤੇ ਦੁੱਖ ਦੀ ਮਾਰ ਤੇ ਨਹੀਂ ਅੱਲਾ ਜੋ ﻋذاب ਕਰੇ ਉਹਨਾਂ ਨੂੰ انہا تجوی تے نہیں اللہ عذاب کردہ انہوں جدو بخشش مانگ دے ہون یعنی مکہ بیچے حضرت قدم مبارک سببوں عذاب رکیا ہوا سر جات حضرت اتھو نکل آئے تب عذاب آیا پوکھ درح جب تیک گار شرمندہ رہے تے توبہ کردے رہے تب تیک پکڑا نہیں پاہ میں کیڈا بڑا گناہ ہوئے حضرت نے فرمایا گناہ گارانہ ہی دو چیزیں پناہ نے ایک میرا اتھے ہونا دوسرا توبہ تے او بخشش مانگ دے تے کیے انہوں نو جو نہ عذاب کرے انہوں نے اللہ تے او روک دے نے عدب دی مسیطوں تے نہیں ہیں انہوں دے لائک نہیں انہوں دے لائک پر پرہیزگار پر بہت ہے انہوں دے نہیں جان دے تے نہیں ہے نماز انہوں دی کول خانے کعبے دے پر سیٹی بجانی تے تاڑی مارنی ਸੋ ਸਵਾਦ ਲਾਉ ਅਜ਼ਾਬ ਦਾ ਬਦਲੇ ਆਪਣੀ ਬੇਈਮਾਨੀ ਕਰਦੇ ਆ ਰਹਿੰਦੇ ਜਿਹੜੇ ਬੇਈਮਾਨ ਹੋਏ ਨੇ ਖਰਚਦੇ ਨੇ ਮਾਲ ਆਪਣੇ ਤਾਂ ਰੋਕਣ ਅੱਲਾ ਦੇ ਰਾਂ ਸੋ ਅਜੇ ਹੋਰ ਮਾਲ ਖਰਚ ਕਰਨਗੇ ਫੇਰ ਹੋ ਜਾਏਗਾ ਖਰਚੋਂ ਦਾ ਪਛਤਾਵਾ ਫੇਰ ਹਾਰ ਜਾਣਗੇ ਤੇ ਜਿਹੜੇ ਬੇਈਮਾਨ ਹੋਏ ਨੇ ਦੋਜ਼ਖ ਵਾਲਾ ਕੇ ਜਾਣਗੇ ਤਨ ਖੇੜੇ ਅੱਲਾ ਪੁਲਿਸ ਨੂੰ ਪਾਗ ਤੋਂ ਤੇ ਕਰੇ ਘਟਾ ਪੁਲਿਸ ਨੂੰ ਇੱਕ ਦੂਜੇ ਪੁਲਿਸ ਨਾਲ پھر ٹیر لا دے سب دا تے چونک دے اس بائی مانا بخشیا جائے گا جو گزر چکا جی نو ملوم ہے جو اگے گزر چکا ہے چالا پہلے انہوں نا نال جت تیک نہ رہے فساد تے ہو جائے دین سب اللہ دا. پھر جے بعد آ جان ਤਾ ਅੱਲਾ ਜ਼ਰੂਰ ਵੇਖਦਾ ਹੈ ਜੋ ਕਰਦੇ ਨੇ ਤੇ ਜੇ ਮੂੰਹ ਫੇਰਿਓ ਨੇ ਤਾਂ ਜਾਣ ਲਖੋ ਜੋ ਜ਼ਰੂਰ ਅੱਲਾ ਮਹਤੀਏ ਤੁਹਾਡਾ ਵਾਵਾ ਮਹਤੀਏ ਤੇ ਵਾਵਾ ਮਦਦਗਾਰ ਤੇ ਜਾਣ ਲਖੋ ਭਾਈ ਜੋ ਲੁੱਟ ਲਿਆਂਦੋ ਜੇ ਕੁਝ ਚੀਜ਼ ਸਭ ਪੰਜਵਾਂ ਹਿੱਸਾ ਉਸ ਦਾ ਜ਼ਰੂਰ ਅੱਲਾ ਦਾ ਹੈ ਤੇ ਪੈਗੰਬਰ ਦਾ ਤੇ ਸਾਕੇਦਾਰਾਂ ਤੇ ਯਤੀਮਾਂ ਤੇ ਭੁੱਖਿਆਂ ਤੇ ਰਾਈ ਦਾ ਜੇ ਤੁਸੀਂ ਮੰਨਦੇ ਰਹੇ ਹੋ ਅੱਲਾ ਨੂੰ ਤੇ ਜੋ ਉਤਾਰਿਆ ਸਾ ਆਪਣੇ ਬੰਦੇ ਉਤੇ ਦਿਨ ਖੇੜੇ ਦੇ ਜਿਸ ਦਿਨ ਪੀੜੀਆਂ ਦੋ ਫੋਜਾਂ ਤੇ ਅੱਲਾ ਦਾ ਹਰ ਕਾਸੇ ਉੱਤੇ ਵਸ ਚੱਲਦਾ ਹੈ ਜਦ ਤੁਸੀਂ ਵਾਦੀ ਦੇ ਉਰਲੇ ਕਿਨਾਰੇ ਵਿੱਚ ਸੌ ਤੇ ਉਹ ਪਰਲੇ ਕਿਨਾਰੇ ਵਿੱਚ ਪੜਾ ਪਏ ਹੋਏ ਸਨ ਤੇ ਕਾਫਲਾ ਹੇਠ ਸੀ ਤੁਸਾਂ ਦੇ ਤੇ ਜੇ ਕਦੇ ਆਪੇ ਵਿੱਚ ਮੁਕਾਬਲੇ ਦੀ ਗੱਲ ਕਰ ਚੁੱਕੇ ਹੁੰਦੇ ਤਾਂ ਪੂਰੇ ਨਾ ਉਤਰਦੇ ਵਾਦੇ ਵਿੱਚ ਪਰ ਢੋ ਟੱਕ ਪਿਆ ਤਾ ਪੂਰਾ ਕਰੇ ਅੱਲਾ ਇੱਕ ਕੰਮ ਨੂੰ ਜੋ ਮਿੱਥਿਆ ਹੋਇਆ ਸੀ ਤਾਂ ਮਰੇ ਜਿਹੜਾ ਮੋਇਆ ਪਿੱਛੇ ਪਤਾ ਲੱਗਣੇ ਦੇ ਤੇ ਜੀਵੇ ਜਿਹੜਾ ਜੀਵਾ ਪਿੱਛੇ ਪਤਾ ਲੱਗਣੇ ਦੇ ਤੇ ਅੱਲਾ ਜ਼ਰੂਰ ਸੁਣਦਾ ਜਾਣਦਾ ਹੈ ਐ ਹਬੀਬ ਜਦ ਬਖਾਂਦਾ ਤੈਨੂੰ ਅੱਲਾ ਉਹ ਲੋਕ ਤੇਰੀ ਖਾਬ ਵਿੱਚ ਥੋੜੇ ਤੇ ਜੇ ਕਦੇ ਬਖਾਂਦਾ ਤੁਹਾਨੂੰ ਉਹ ਲੋਕ ਬਹੁਤੇ ਤਾਂ ਹਿੰਮਤ ਹਾਰ ਦਿੰਦੇ ਹੋ ਤੇ ਝਗੜਾ ਪਾਉਂਦੇ ਹੋ ਲੜਾਈ ਦੇ ਕੰਮ ਵਿੱਚ ਪਰ ਅੱਲਾ ਨੇ ਬਚਾ ਲਿਆ ਉਹ ਜ਼ਰੂਰ ਜਾਣੂ ਇਹ ਦਿਲਾਂ ਦੇ ਪੇਤਾਂ ਦਾ ਤੇ ਜਦ ਬਖਾਂਦਾ ਤੁਹਾਨੂੰ ਉਹ ਲੋਕ ਤੁਹਾਡੀਆਂ ਅੱਖਾਂ ਵਿੱਚ ਥੋੜੇ ਜਦ ਤੁਸੀਂ ਰੂਬਰੂ ਹੋਇਓ ਤੇ ਥੋੜੇ ਮਾਲੂਮ ਕਰਵਾਉਂਦਾ ਹੈ ਤੁਹਾਨੂੰ ਉਹਨਾਂ ਦੀਆਂ ਅੱਖੀਆਂ ਵਿੱਚ ਤਾਂ ਪੂਰਾ ਕਰੇ ਅੱਲਾ ਇੱਕ ਕੰਮ ਨੂੰ ਜੋ ਮਿੱਥਿਆ ਹੋਇਆ ਸੂ ਤੇ ਅੱਲਾ ਹੀ ਵੱਲ ਮੁੜਦੇ ਨੇ ਸਭ ਕੰਮ ਐ ਇਮਾਨਦਾਰੋ ਜਦ ਭੀੜੋ ਕਿਸੇ ਫੌਜ ਨਾਲ ਤਾਂ ਮਜ਼ਬੂਤ ਰਹੋ ਤੇ ਯਾਦ ਕਰੋ ਅੱਲਾ ਨੂੰ ਬਹੁਤ ਤਾਂ ਤੁਸੀਂ ਮੁਰਾਦ ਪਾਓ ਤੇ ਆਖੇ ਲਗੋ ਅੱਲਾ ਤੇ ਉਹਦੇ ਪੈਗੰਬਰ ਦੇ ਤੇ ਆਪੇ ਵਿੱਚ ਨਾ ਝਗੜੋ ਫਿਰ ਕਮਜ਼ੋਰ ਹੋ ਜਾਓਗੇ ਤੇ ਉਖੜ ਜਾਏਗੀ ਹਵਾ ਤੁਹਾਡੀ ਤੇ ਸਬਰ ਕਰੋ ਅੱਲਾ ਜ਼ਰੂਰ ਨਾਲ ਹੈ ਸਬਰ ਕਰਨ ਵਾਲਿਆਂ ਦੇ ਤੇ ਨਾ ਹੋਵੋ ਉਹਨਾਂ ਵਾਂਗੂ ਜੋ ਨਿਕਲੇ ਆਪਣੇ ਘਰੋਂ ਤੋਂ ਵਾਸਤੇ ਵਡਿਆਈ ਤੇ ਵਿਖਾਵੇ ਲੋਕਾਂ ਦੇ ਤੇ ਰੋਕਦੇ ਨੇ ਅੱਲਾ ਦੇ ਰਾਹ ਤੇ ਅੱਲਾ ਨੇ ਕੀ ਰੱਖਿਆ ਜੋ ਕਰਦੇ ਨੇ